ਰੁਪਿੰਦਰ, ਹਾਂਜੀ, ਮੁੱਕ ਗਿਆ ਕੰਮ ਤੁਹਾਡਾ? ਕੰਮ ਮੁੱਕ ਗਿਆ, ਬਸ ਐ ਸਫਾਈ ਜਿਹੀ ਨਹੀਂ ਕਰਨਾ। ਰਸੋਈ ਚੋਂ ਦਿੰਦੇ ਕਰਾਤਾ ਸੀ ਨਾਲ, ਤੇ ਉਹ ਤਾਂ ਸਾਂਭ ਲਿਆ ਸੀ, ਤੇ ਆ ਰੂਮ ਦੇ ਸੀ, ਮੈਂ ਚਲ ਇਹ ਵੀ ਕਰ ਹੀ ਲੈਣੀ ਆ। ਤੇ ਮੇਰੀ ਗੱਲ ਸੁਣ, ਹਾਂਜੀ, ਜੋਤ ਕਹਿੰਦੀ ਤੇ ਨਹੀਂ ਕੋ? ਨਹੀਂ, ਉਹਨਾਂ ਨੇ ਕੀ ਕਹਿਣਾ ਆ, ਬੜੀ ਖੁਸ਼ੀ ਸੀ ਉਹ ਤਾਂ ਸਗੋਂ ਵਿਚਾਰੀ। ਅੱਛਾ, ਵੀ ਚੱਲ ਵਧੀਆ ਹੋਇਆ, ਉਹਦੇ ਮਨ ਦੇ ਵਿੱਚ ਨਹੀਂ ਕੋਈ ਵੀ ਇਦਾਂ ਦੀ ਗੱਲ ਹੈਗੀ। ਤੇ ਇਹ ਆ ਵੀ ਨਹੀਂ, ਚਲੋ ਵਧੀਆ ਗੱਲ ਵਾ। ਉਦਾਂ ਇਹ ਪੁੱਛਦੇ ਤੇ ਹੋਣੇ ਆ ਉਹ। ਨਹੀਂ, ਪੁੱਛਣਾ ਉਹਨਾਂ ਨੇ ਕੀ ਆ, ਇਹੀ ਕੰਮ ਵੱਲੋਂ ਮੈਨੂੰ ਸਮਝਾਉਂਦੀ ਸੀ ਵੀ ਚੱਲ ਕਰੀ ਜੋ ਬੰਨਾ ਸਲਾਹ ਇੱਕ ਵਾਰ, ਹਨਾ, ਦੋਵਾਂ ਜੀਆਂ ਸਲਾਹ ਹੋਰ ਵੱਖਰੀ ਹੋ ਜਾਂਦੀ ਆ। ਉਹ ਇਹ ਤਾਂ ਹੈ ਹੀ ਆ। ਤੇ ਆਖੰਦੀ ਕਿ ਨਹੀਂ ਚੱਲ ਕੋਈ ਨਹੀਂ ਕਰਾਂਗੇ ਆਪਾਂ ਸਲਾਹ, ਤੇ ਫਿਰ ਕੋਈ ਨਹੀਂ ਦੱਸ ਦਾਂਗੇ। ਉਹ ਮੈਂ ਤੇ ਜੋਬਨ ਨੂੰ ਬਥੇਰਾ ਸਮਝਾਇਆ ਵਾ। ਹਾਂਜੀ, ਤੇ ਕਹਿਣ ਤੇ ਡਿਆ ਵਾ ਕਿ ਚੱਲ ਕੋਈ ਗੱਲ ਨਹੀਂ, ਹੁਣ ਜਿੱਦਾਂ ਜਾਣਾ ਹੋ ਤੁਸੀਂ ਉਦੋਂ ਫਿਰ ਵੇਖ ਲਾਂਗੇ। ਹਾਂਜੀ, ਮੈਂ ਸਲਾਹ ਕਰਕੇ ਨਾ ਘਰ ਤਾਂ ਡੈਡੀ ਨੂੰ ਪੁੱਛ ਲਈ ਇੱਕ ਵਾਰੀ ਕੀ ਜਾਂਦਾ। ਨਹੀਂ, ਘਰ ਵੀ ਕਰ ਲੈਣਗੇ ਸਲਾਹ, ਪੁੱਛ ਲੈਣਗੇ ਮੰਮੀ ਹੁਣਾਂ ਨੂੰ। ਉਹ ਚੱਲ ਫਾਇਦੇ 'ਚ ਹੀ ਆ। ਹਾਂਜੀ, ਇੱਥੇ ਹੁਣ 10 ਮਿਲਣ ਡਿਆ ਵਾ, ਉੱਥੇ 25-30 ਮਿਲਣਾ। ਨਹੀਂ, ਸਿਆਣੀ ਆ ਉਦਾਂ ਵੀ, ਸਮਝਣ ਵਾਲੀ ਆ ਘਰ ਨੂੰ। ਇਹ ਨਹੀਂ ਆ ਵੀ ਤੂੰ ਇਹੋ ਕੰਮ ਹੀ ਕਰਨਾ, ਤੂੰ ਏਡੀ ਦੂਰ ਜਾਣਾ ਵਾ ਚਾਹੇ ਕਿੱਦਾਂ ਕਰਦੀਆਂ ਹੀ ਆ ਕਈ। ਆਹੋ, ਤੇ ਆ ਵੀ ਇਦਾਂ ਦੀ ਨਹੀਂ ਉਹਦੇ ਮਨ 'ਚ ਕੋਈ ਗੱਲ ਵੀ, ਉਹ ਤੇ ਆਖਣ ਦੀ ਵੀ ਚੱਲ ਵਧੀਆ ਵਾ ਦੀਦੀ, ਸੋ ਮਿਲ ਜੇ ਤੇ ਮੈਂ ਤੇ ਆਪ ਕਹਿੰਦੀ ਆ। ਉਹ ਚੱਲ ਕੋਈ ਗੱਲ ਨਹੀਂ, ਜੇ ਬਹੁਤੀ ਗੱਲ ਹੋ ਗਈ ਨਾ, ਉੱਥੇ ਕਮਰੇ ਮਿਲ ਜਾਂਦੇ ਆ, ਤੇ ਫਿਰ ਅਸੀਂ ਚੌਵੀਂ ਚੱਲ ਜਾਵਾਂਗੇ। ਚਲੋ ਉਹ ਤਾਂ ਕੋਈ ਨਹੀਂ, ਫਿਰ ਬਾਅਦ ਵਿੱਚ ਦੇਖਾਂਗੇ। ਆਹੋ, ਹਾਲੇ ਕੋਈ ਨਹੀਂ, ਦੱਸਦੇ ਆਪਣੇ ਮਨ ਨਾਲ ਸਲਾਹ ਕਰਕੇ ਵੀ ਕਿੱਦਾਂ ਵਾ, ਤੇ ਫਿਰ ਕੋਈ ਨਹੀਂ, ਲੈ ਜਾਇਓ ਨਾਲ ਜੋਬਨ ਨੂੰ ਤੇ ਫਿਰ ਵੇਖ ਆਇਓ ਨਾ। ਹਾਂ, ਚੱਲ ਇੱਕ ਹਫ਼ਤਾ ਲਾਵੇ ਉੱਥੇ। ਹਾਂਜੀ, ਤੇ ਫਿਰ ਕੋਈ ਗੱਲ ਨਹੀਂ, ਲੱਗ ਜਾਣਾ ਹਿਸਾਬ ਤਾਬ ਦਾ ਪਤਾ। ਹਾਂ, ਨਹੀਂ ਵੈਸੇ ਵੀ ਉਦਾਂ ਕੰਮ ਕੁੰਮ ਨੂੰ ਸ਼ੇਰ ਆ, ਪਰ ਇਹ ਆ ਵੀ ਥੋੜ੍ਹਾ ਜਿਹਾ ਘਰ ਦੀ ਟੈਨਸ਼ਨ ਜੀ ਮਾਰ ਜਾਂਦੀ ਆ। ਚੱਲ ਕੋਈ ਗੱਲ ਨਹੀਂ, ਜਦੋਂ ਕਿਤੇ ਕੋਠੀ ਕਾਠੀ ਦਾ ਕੰਮ ਸ਼ੁਰੂ ਕਰਨਗੇ ਫਿਰ ਅਸੀਂ ਮਦਦ ਕਰ ਦਾਂਗੇ ਇਹਨਾਂ ਦੀ। ਚਲੋ ਉਹਦੇ ਟਾਈਮ ਦੇ ਹਿਸਾਬ ਨਹੀਂ, ਜਿੱਦਾਂ ਕਿੱਦਾਂ ਦਾ ਟਾਈਮ ਹੋਣਾ ਕਿੱਦਾਂ ਦਾ ਨਹੀਂ। ਉਹ ਚਲੋ ਕੋਈ ਗੱਲ ਨਹੀਂ, ਸਾਰੇ ਕੰਮ ਹੋ ਜਾਂਦੇ ਹੁੰਦੇ। ਰੁਪਿੰਦਰ ਕੀ ਸੋਚਣ ਦਾ ਵੀ ਆ? ਨਹੀਂ, ਕੁਛ ਵੀ ਨਹੀਂ ਸੋਚਣਾ ਕੀ ਆ, ਉੱਦਾਂ ਹੀ ਬਸ। ਨਹੀਂ, ਕੋਈ ਗੱਲ ਹੋਈ ਆ? ਮੈਂ ਇਹ ਸੋਚਣ ਦੀ ਸੀ ਵੀ ਤੁਸੀਂ ਨਾ ਕਿੰਨੇ ਚੰਗੇ ਆ, ਜੋਬਨ ਬਾਰੇ ਕਿੰਨਾ ਸੋਚਣ ਦੇ ਆ। ਨਹੀਂ ਤੇ ਵੇਖੋ, ਨਹੀਂ ਤੇ ਅੱਜ ਕੱਲ੍ਹ ਦੇ ਜਿਹੜੇ ਜਵਾਈ ਆ ਨਾ, ਉਹਨਾਂ ਦੇ ਤਾਂ ਨਖਰੇ ਨਹੀਂ ਮਾਣ ਹੁੰਦੇ, ਸਗੋਂ ਉਲਟੀਆਂ ਵੰਗਾਰਾ ਪਾਉਂਦੇ ਆ ਵੀ ਤੂੰ ਆਪਣੇ ਪੇਕਿਆਂ ਤੋਂ ਆਹ ਕਰ ਉਹ ਕਰ, ਪਰ ਇਹ ਆ ਵੀ ਤੁਹਾਡਾ ਸੁਭਾਅ ਨਾ ਬਹੁਤ ਵੱਖਰਾ ਵਾ। ਉਹ ਲੈ, ਤੂੰ ਕੱਲੀ ਟੈਨਸ਼ਨ ਲੈਣ ਡੀ ਆ, ਹੁਣ ਉਹ ਵਿਚਾਰੇ ਕਿੰਨਾ ਚਾਅ ਕਰਦੇ ਜਦੋਂ ਅਸੀਂ ਜਾਂਦੇ ਹਾਂ, ਹਨਾ, ਤੇ ਤੂੰ ਐਵੇਂ ਨਾ ਟੈਨਸ਼ਨ ਲਈ ਜਾਇਆ ਕਰ ਯਾਰ। ਹੁਣ ਤੂੰ ਵੀ ਤੇ ਸਾਡੇ ਘਰ ਆਣ ਕੇ ਤੇ ਘਰਦਿਆਂ ਦਾ ਖਿਆਲ ਰੱਖਣੀ ਹੈ ਨਾ, ਕਿੰਨਾ ਕੰਮ ਕਰਨੀ ਹੈ। ਤੇ ਚੱਲ ਕੋਈ ਗੱਲ ਨਹੀਂ, ਉਹ ਵੀ ਮੇਰੇ ਭਰਾਵਾਂ ਵਰਗਾ ਹੀ ਆ। ਚਲੋ, ਮੇਰਾ ਤਾਂ ਫਰਜ਼ ਬਣਦਾ ਇਹ ਕੰਮ ਕਰਨ ਦਾ, ਕਿਉਂਕਿ ਜਿੱਦਾਂ ਰੀਤੀ ਰਿਵਾਜ ਬਣੇ ਨੇ ਉੱਦਾਂ ਕਰਨਾ ਪੈਂਦਾ ਆ। ਉਹ ਚੱਲ, ਪਰ ਇਹ ਆ ਵੀ ਜਿਹੜੇ ਜਵਾਈ ਭਾਈ ਹੈ ਨਾ, ਉਹ ਨਹੀਂ ਇੱਦਾਂ ਕਰਦੇ ਜਿੰਨਾ ਤੁਸੀਂ ਸਾਡਾ ਕਰਨ ਦੇ ਆ, ਅਤੇ ਮੈਂ ਤੁਹਾਡਾ ਦਿਨ ਕਿੱਥੇ ਦੇ ਸਕਦੀ ਹਾਂ। ਉਹ ਐਵੇਂ ਨਹੀਂ ਇੱਦਾਂ ਦੀਆਂ ਗੱਲਾਂ ਕਰੀ ਦੇ ਹੋਈਆਂ, ਅਤੇ ਨਾ ਸੋਚਿਆ ਹੀ ਕਰ, ਇੱਕ ਵਾਰੀ ਉਹਨੂੰ ਮੇਰੇ ਨਾਲ ਜਾ ਲਾਂਦੇ। ਹਾਂਜੀ, ਫਿਰ ਕੋਈ ਗੱਲ ਨਹੀਂ, ਸਾਰੇ ਕੰਮ ਹੋ ਜਾਣੇ। ਚਲੋ ਕੋਈ ਨਹੀਂ, ਵੇਖ ਲਓ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਆ। ਚੱਲ ਇਹ ਆ ਵੀ ਸਾਲ ਕੁ ਉੱਥੇ ਲਾ ਲੂਗਾ ਨਾ, ਅਤੇ ਫਿਰ ਕੋਠੀ ਕਾਠੀ ਦਾ ਕੰਮ ਸ਼ੁਰੂ ਕਰ ਲੂਗਾ ਆਪਣੀ ਦਾ। ਹਾਂਜੀ, ਕਿ ਨਹੀਂ? ਆਹੋ, ਨਹੀਂ ਘਰ ਬਦਲੇ ਹੀ ਆ, ਮੈਂ ਵੀ ਇਹੀ ਸੋਚਦੀ ਹਾਂ ਵੀ ਚੱਲ ਘਰ ਬਣ ਜੇ, ਹੈ ਨਾ, ਹੁਣ ਸੁੱਖ ਨਾਲ ਗੜੀ, ਨਿਆਣਾ ਨਿਊਣਾ ਵੀ ਗੜੀ ਹੋਇਆ ਉਹਨਾਂ ਦੇ, ਚਾਹੇ ਕਿੱਦਾਂ ਆ, ਤੇ ਬੜਾ ਔਖਾ ਹੋ ਜਾਂਦਾ ਬਾਅਦ ਵਿੱਚ। ਗੱਲ ਚੱਲ ਇਹ ਆ ਵੀ ਹੁਣ ਉੱਥੇ ਲੱਗਾ ਹੋਊਗਾ ਨਾ, ਫਸਲ ਦੇ ਪੈਸੇ ਤਾਂ ਬਾਜਿਆ ਕਰਨਗੇ। ਹਾਂਜੀ, ਫਿਰ ਵੇਖੀ ਪੈਸੇ ਇਕੱਠੇ ਹੋਣ ਡੈ ਬਣੇ। ਚਲੋ ਇੱਕ ਵਾਰ ਔਖਾ ਤਾਂ ਹੋਣਾ ਹੀ ਆ ਇੰਨੀ ਦੂਰ ਜਾ ਕੇ, ਪਰ ਇਹ ਆ ਵੀ ਉਹਦਾ ਹੀ ਫਾਇਦਾ ਵਾ ਇਹਦੇ ਵਿੱਚ। ਉਹ ਚੱਲ ਕੋਈ ਗੱਲ ਨਹੀਂ, ਹੁਣ ਫਿਰ ਫੋਨ ਕਰਨਾ ਵਾ ਨਾ ਕੱਲ੍ਹ ਨੂੰ ਫਿਰ ਉਹਨੂੰ, ਅਤੇ ਫਿਰ ਮੈਨੂੰ ਦੱਸ ਦੂਗਾ ਆਪੇ। ਚਲੋ ਕੋਈ ਨਹੀਂ, ਬਾਕੀ ਉਹਨੂੰ ਹਲੇ ਨਾ ਘਰ ਜਾ ਕੇ ਮਾੜੀ ਜਿਹੀ ਸਲਾਹ ਕਰ ਲੈਂਦੇ ਡੈਡੀ ਹੋਣਾ ਨਾ, ਫਿਰ ਕੋਈ ਨਹੀਂ ਕੱਲ੍ਹ ਨੂੰ ਪੁੱਛ ਲਿਓ। ਉਹ ਤਾਂ ਕੋਈ ਗੱਲ ਨਹੀਂ ਆ। ਹਾਂਜੀ, ਆਹੋ, ਤਾਂ ਕਰ ਲਾ ਕੰਮ ਧੰਦਾ, ਫਿਰ ਮੈਂ ਵੇਖ ਲਾ ਬਾਹਰ। ਚਲੋ ਠੀਕ ਜੇ, ਵੇਖ ਲਓ। ਸੱਚੀ ਨਾ, ਵਿਚਾਰੇ ਬੜੇ ਚੰਗੇ ਆ, ਜਵਾਈਆਂ ਭਾਈਆਂ ਵਾਲਾ ਤਾਂ ਕੰਮ ਹੀ ਹੈ ਨਹੀਂ ਇਹਨਾਂ ਵਿੱਚ, ਨਹੀਂ ਤਾਂ ਉੱਦਾਂ ਨਾ ਜਵਾਈਆਂ ਦੇ ਤਾਂ ਆਰਡਰ ਨਹੀਂ ਮਾਣ ਹੁੰਦੇ। ਚੱਲ ਜਾ ਪਿੰਡ,
ਉੱਥੋਂ ਆਹ ਚੀਜ਼ ਲੈ ਗਏ ਆ, ਸਾਡੇ ਆਹ ਹੈ ਨਹੀਂ ਆ, ਪਰ ਇੱਦਾਂ ਦਾ ਕੰਮ ਇਹਨਾਂ ਵਿੱਚ ਹੈ ਨਹੀਂ ਆ। ਸੱਚੀ ਚੱਲ ਇੱਦਾਂ ਹੀ ਵਧੀਆ ਵਧੀਆ ਇਹ ਬਣੇ ਰਹਿਣ ਅਤੇ ਸਾਡਾ ਵੀ ਚੱਲ ਪਿਆਰ ਬਣਿਆ ਰਹੂਗਾ। ਚੱਲ ਇਹ ਆ ਵੀ ਜੋਬਨ ਵੀ ਹੁਣ ਥੋੜ੍ਹਾ ਜਿਹਾ ਨਾ ਬਦਲ ਗਿਆ ਵਾ, ਹੁਣ ਅਸੀਂ ਦੋਵਾਂ ਭੈਣ ਭਰਾਵਾਂ ਨੇ ਨਾ ਇਕੱਠਿਆਂ ਨੇ ਇੱਕੋ ਸਲਾਹ ਕਰਿਆ ਕਰਨੀ ਆ। ਪਰ ਉੱਦਾਂ ਇੱਕ ਗੱਲ ਆ, ਜੇ ਮੈਂ ਵੀ ਮੰਮੀ ਮਗਰ ਲੱਗੀ ਰਹਿੰਦੀ ਨਾ ਤਾਂ ਫਿਰ ਨਹੀਂ ਸੀ ਕੋਈ ਵੀ ਹੱਲ ਹੋ ਸਕਦਾ। ਮੈਂ ਆਪਣਾ ਘਰ ਤਾਂ ਖਰਾਬ ਕਰ ਨਹੀਂ ਦੇ ਸੀ, ਉਹਦਾ ਵਿਚਾਰੇ ਦਾ ਸਗੋਂ ਜ਼ਿਆਦਾ ਹੋਣ ਦਿਆ ਸੀ, ਪਰ ਹੁਣ ਨਹੀਂ ਮੈਂ ਇਹ ਵਾਲਾ ਕੰਮ ਹੋਣ ਦੇਣਾ, ਬਥੇਰਾ ਕੁਛ ਵੇਖ ਲਿਆ ਮੈਂ। ਸੰਦੀਪ ਹਾਂਜੀ, ਮੈਂ ਵਧੀਆ ਵਧੀਆ ਕੰਮ ਨਿਬੜ ਗਿਆ ਹਾਂ। ਹਾਂਜੀ ਹਾਂਜੀ, ਚੱਲ ਉਹ ਵੀ ਥੋੜ੍ਹੀ ਖੁਸ਼ ਹੋ ਗਈ, ਭੈਣ ਭਰਾ ਆਏ ਸੀ। ਚੱਲ ਨਹੀਂ ਵਧੀਆ, ਰੁਪਿੰਦਰ ਖੁਸ਼ ਹੀ ਹੈ। ਹਾਂਜੀ ਹਾਂਜੀ, ਅਤੇ ਇੱਕ ਗੱਲ ਵਾ, ਮੈਨੂੰ ਨਾ ਰਵਨੀ ਦਾ ਬੜਾ ਮਾਣ ਮਹਿਸੂਸ ਹੋਣ ਡਿਆ ਹੈ। ਪਤਾ ਕੀ ਗੱਲ ਵਾ, ਜਿੱਦਾਂ ਉੱਥੇ ਜਾਂਦਾ ਵਾ ਉਹਨੇ ਕਦੀ ਮੱਥੇ ਵੱਟ ਨਹੀਂ ਪਾਇਆ। ਹਾਂਜੀ, ਉਹ ਦਿਨ ਗਏ ਸੀ ਨਾ ਉੱਥੇ, ਹਾਂਜੀ ਸੋਹਰੇ ਉਹਦੇ, ਮੈਂ ਵੇਖਦਾ ਪਿਆ ਉਹਦੇ ਵੱਲ, ਕਦੀ ਉਹਨੇ ਮੱਥੇ ਵੱਟ ਨਹੀਂ ਪਾਇਆ। ਹੁਣ ਵੇਖ ਲਾ ਉਹਨੂੰ ਕੰਮ 'ਤੇ ਲਵਾਉਣ ਡਿਆ, ਅਤੇ ਮੇਰੇ ਸਾਹਮਣੇ ਨਾ ਇੱਕ ਦੋ ਬੰਦਿਆਂ ਨੂੰ ਫੋਨ ਵੀ ਕੀਤੇ ਉਹਨੇ ਕੰਮ ਲੱਭਣ ਲਈ। ਅੱਛਾ ਅੱਛਾ, ਅਤੇ ਵੇਖ ਲਾ ਉਹਦੇ ਕਿੰਨਾ ਜ਼ੋਰ ਲਾਉਣ ਡਿਆ ਉਹਨੂੰ, ਹਾਂਜੀ ਕਿਤੇ ਨਾ ਕਿਤੇ ਕੰਮ 'ਤੇ ਲੱਗ ਜੇ, ਹੈ ਨਾ। ਹਾਂਜੀ, ਇਹ ਤਾਂ ਗੱਲ ਸਹੀ ਹੈ। ਚਲੋ ਜਿੱਦਾਂ ਤੁਸੀਂ ਕਰਦੇ, ਤੁਹਾਡੇ ਵੱਲ ਵੇਖ ਕੇ ਉਹਨੇ ਸਿੱਖਣਾ ਸਭ ਕੁਝ, ਜੇ ਤੁਸੀਂ ਮਾੜਾ ਕੰਮ ਕਰਦੇ ਤਾਂ ਉਹਨੇ ਵੀ ਮਾੜਾ ਕਰਨਾ ਸੀ। ਇਹ ਗੱਲ ਹੈਗੀ ਆ ਜਿਹੜੀ ਮੈਂ ਸਿੱਖਿਆ ਦਿੱਤੀਆਂ ਉਹਨੂੰ, ਹਾਂਜੀ ਪੂਰਾ ਖਰਾ ਉਤਰਿਆ ਉੱਥੇ। ਹਾਂਜੀ, ਇਹ ਤਾਂ ਗੱਲ ਸਹੀ ਆ। ਮੈਂ ਤਾਂ ਆਪ ਉਹਨੇ ਸਲਾਹ ਕਰਨ ਡੀ ਸੀ ਰੁਪਿੰਦਰ ਨਾਲ। ਅੱਛਾ, ਕਿ ਚੱਲ ਹੁਣ ਖਰਚੇ ਤਾਂ ਚਲੋ ਹੋ ਗਏ ਆ, ਵਿਆਹ ਦੀ ਜ਼ਿਆਦਾ ਗੱਲ ਹੀ, ਘਰ ਬਾਹਰ ਦੀ ਉਹ ਸਭ ਕੁਝ ਹੋ ਗਿਆ ਵਾ। ਆਹੋ, ਲਵਲੀ ਵਿਆਹ ਦੀ ਜ਼ਿਆਦਾ ਗੱਲ ਹੀ। ਹਾਂਜੀ, ਅਤੇ ਮੈਂ ਚੱਲ ਸੋਚ ਲਈ ਹੁਣ ਕਮੇਟੀ ਪਾ ਲਈਏ ਆਪਾਂ। ਇਹ ਤੁਹਾਡੇ ਹੱਥ ਵਸ ਵਾ, ਤੁਹਾਨੂੰ ਪਤਾ ਘਰ 'ਚ ਜਨਾਨੀਆਂ ਸਾਹਮਣਾ ਹੁੰਦਾ। ਹਾਂਜੀ ਹਾਂਜੀ, ਹੈ ਨਾ, ਨਹੀਂ ਕਮੇਟੀ ਪਾ ਲਈਏ, ਵਧੀਆ ਗੱਲ ਵਾ। ਕੋਈ ਗੱਲ ਨਹੀਂ, ਤੁਸੀਂ ਦੋਵੇਂ ਨੇ ਸਲਾਹ ਕਰ ਲਓ। ਹਾਂਜੀ, ਹੈ ਨਾ, ਅਤੇ ਪਾ ਲਓ ਕਮੇਟੀ, ਕੋਈ ਗੱਲ ਨਹੀਂ। ਹਾਂਜੀ, ਅਤੇ ਬਾਕੀ ਇਹ ਆ ਵੀ ਫਸਲ ਦੇ ਪੈਸੇ ਜੁੜ ਜਾਣਗੇ। ਹਾਂਜੀ, ਹੈ ਨਾ, ਅਤੇ ਕੋਈ ਗੱਲ ਨਹੀਂ, ਤੁਸੀਂ ਸਲਾਹ। ਹੌਲੀ ਹੌਲੀ ਜਿਹੜਾ ਸਮਾਨ ਬਣਨ ਵਾਲਾ ਵਾ, ਚਲੋ ਬਣ ਜੂਗਾ। ਸਮਾਨ ਲਗਭਗ ਤਾਂ ਬਣਿਆ ਹੀ ਆ, ਹੁਣ ਇਹ ਆ ਵੀ ਨਿਆਣਿਆਂ ਵਾਸਤੇ ਨਾ ਚਾਰ ਪੈਸੇ ਜੋੜ ਲਈ। ਹਾਂਜੀ ਹਾਂਜੀ, ਨਹੀਂ ਹਾਂਜੀ, ਤੁਹਾਨੂੰ ਪਤਾ ਹੀ ਹੈ ਗਾਂ ਦੇ ਗਾਂ ਖਰਚੇ ਵੱਧਦੇ ਜਾਂਦੇ ਆ। ਉਹ ਘਰਾਂ ਦੇ ਖਰਚੇ ਬੜੇ ਆ ਅੱਜ ਕੱਲ੍ਹ, ਤਾਂ ਦੁੱਧ ਦੇ ਖਰਚੇ ਨਹੀਂ ਮਾਣ, 4-5 ਹਜ਼ਾਰ ਦਾ ਦੁੱਧ ਹੀ ਆ ਜਾਂਦਾ। ਹਾਂਜੀ, ਮੈਂ ਤਾਂ ਬਸ ਇਹੋ ਸੋਚਦੀ ਨਹੀਂ ਸੀ ਕਿ ਪਤਾ ਨਹੀਂ ਇਹਨੇ ਸੁਧਰਨਾ ਕਿ ਨਹੀਂ ਸੁਧਰਨਾ। ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਇਹ ਨਿਆਣੀ ਹੈ ਜੀ, ਹੌਲੀ ਹੌਲੀ ਸੁਧਰ ਜਾਣਾ, ਵੇਖ ਲਾ ਹੁਣ ਉਹੀ ਆ ਨਾ ਰੁਪਿੰਦਰ। ਹਾਂਜੀ, ਨਹੀਂ ਸੁਧਰ ਗਈ ਹੈ, ਵਧੀਆ ਗੱਲ ਵਾ। ਹਾਂਜੀ, ਇਹ ਵੇਖ ਲਾ, ਮੈਂ ਤੈਨੂੰ ਉਦੋਂ ਵੀ ਕਹਿੰਦਾ ਰਿਹਾ ਵੀ ਅੰਕਲ ਜੀ ਨੂੰ ਮੈਂ ਮਿਲਦਾ ਰਿਹਾ ਨਾ, ਪਹਿਲਾਂ ਆਪਾਂ ਮਿਲੇ ਹਾਂ ਤਾਂ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ, ਉੱਦਾਂ ਹੀ ਨਿਆਣਾ ਸੁਭਾਅ ਸੀ ਉਹਨਾਂ ਦਾ ਨਿਆਣਿਆਂ ਦਾ ਵੀ। ਪਹਿਲਾਂ ਪਤਾ ਨਹੀਂ ਕੀ ਦਿਮਾਗ 'ਚ ਹੁੰਦਾ ਰਿਹਾ ਇਹਦੇ। ਪਤਾ ਗੱਲ ਕੀ ਆ, ਮੇਰੇ ਹਿਸਾਬ ਨਾਲ ਨਾ ਉਹਦੀ ਮੰਮੀ ਨੇ ਉਹਨੂੰ ਪੁੱਠੀਆਂ ਸਲਾਹਾਂ ਦਿੰਦੀ, ਹਾਂਜੀ, ਅਤੇ ਹੁਣ ਉਹ ਤੇਰੇ ਵਾਲੇ ਵੇਖ ਕੇ ਨਾ ਸੁਧਰ ਗਈ ਹੈ ਕੁੜੀ। ਹਾਂਜੀ ਹਾਂਜੀ, ਹੁਣ ਤਾਂ ਮੰਮੀ ਨਾਲ ਵੀ ਗੱਲ ਕਰਨ ਘੱਟ ਗਈ ਹੁਣ, ਤਾਂ ਹੀ ਨਾ ਉਹ ਹੀ ਪੁੱਠੀਆਂ ਸਲਾਹਾਂ ਦਿੰਦੇ। ਹਾਂਜੀ, ਅਤੇ ਹੁਣ ਹੌਲੀ ਹੌਲੀ ਸੁਧਰ ਗਈ, ਹੁਣ ਆਏ ਆ ਜੋਬਨ ਹੋਣੀ, ਵੇਖਿਆ ਸੁਭਾਅ ਉਹਦਾ। ਹਾਂਜੀ, ਪੂਰੀ ਖੁਸ਼ ਹੋਣਾ ਨਾਲ, ਹੈ ਨਾ, ਉਹ ਮੰਮੀ ਨਾਲ ਨਾ ਉਹਨਾਂ ਦੀ ਕੋਈ ਅਣਬਣ ਚੱਲਦੀ ਹੈ ਮੇਰੇ ਹਿਸਾਬ ਨਾਲ। ਹਾਂਜੀ, ਮੈਂ ਤਾਂ ਉਹਨਾਂ ਨੂੰ ਕਿਹਾ ਸੀ ਦੀਦੀ ਨੂੰ ਕਿ ਚੱਲ 2-4 ਦਿਨ ਰਹਿ ਪਾ, ਨਾਲ ਇਹਦਾ ਵੀ ਮਨ ਲੱਗਾ ਰਹੂਗਾ, ਅਤੇ ਕਹਿੰਦੇ ਫਿਰ ਘਰ ਦਾ ਕੰਮ ਇੱਦਾਂ ਹੀ ਹੁੰਦੇ ਆ, ਫਿਰ ਤੁਹਾਨੂੰ ਪਤਾ ਹੀ ਆ। ਇਹ ਆ ਵੀ ਜੋਬਨ ਚੱਲ ਜਾਂਦਾ ਫਿਰ ਕੰਮ 'ਤੇ, ਹੈ ਨਾ, ਹਾਂਜੀ ਹਾਂਜੀ, ਅਤੇ ਔਖਾ ਹੋ ਜਾਂਦਾ, ਘਰ ਵੀ ਕੰਮ ਕਰਨਾ ਹੁੰਦਾ। ਚੱਲ ਜਦੋਂ ਜੋਬਨ ਭਾਅ ਜੀ ਚੱਲ ਜਾਣਗੇ ਕੰਮ 'ਤੇ, ਫਿਰ 2-4 ਦਿਨ ਲੈ ਆਵਾਂਗੇ ਜੋਤ ਨੂੰ। ਕੋਈ ਗੱਲ ਨਹੀਂ, ਕਰ ਲਿਓ ਗੱਲ ਤੁਸੀਂ ਉਹਦੇ ਨਾਲ। ਹਾਂਜੀ ਹਾਂਜੀ, ਫਿਰ ਰੁਪਿੰਦਰ ਗੱਲ ਕਰ ਲੂਗੀ। ਠੀਕ ਆ ਠੀਕ ਆ, ਤੂੰ ਨਾ ਮੰਮੀ ਨਾਲ ਫੋਨ ਕਰ, ਜੇ ਕਮੇਟੀ ਪਾਉਣ ਦੀ ਗੱਲ ਕਰਨ ਡੀ ਹੈ ਨਾ ਤਾਂ ਉੱਥੇ ਪਾਉਣੀ ਆ। ਹਾਂਜੀ, ਅੱਜ ਕੱਲ੍ਹ ਪਤਾ ਗੱਲ ਕੀ ਆ, ਕਮੇਟੀ ਵਾਲੇ ਨਾ ਲੈ ਕੇ ਪੈਸੇ ਦੇ ਭੱਜ ਜਾਂਦੇ ਆ। ਹਾਂਜੀ, ਇਹ ਤਾਂ ਗੱਲ ਸਹੀ ਆ, ਨਹੀਂ ਮੰਮੀ ਹੋਣੀ ਕਮੇਟੀ ਪਾਉਂਦੇ ਆ, ਮੈਂ ਉਹਨਾਂ ਨਾਲ ਗੱਲ ਕਰੂੰਗੀ। ਉਹਨਾਂ ਦੇ ਗੁਆਂਢੀ ਚੰਗੇ ਆ ਬੰਦੇ। ਹਾਂਜੀ ਹਾਂਜੀ, ਉੱਥੇ ਪਾ ਲਈਏ। ਹਾਂਜੀ, ਇਹ ਤਾਂ ਗੱਲ ਸਹੀ ਆ। ਠੀਕ ਹੈ ਨਾ, ਵੇਖ ਲਈ ਕਿੰਨੇ ਤੱਕ ਵਾ, ਘੱਟੋ ਘੱਟ 2 ਲੱਖ ਤੱਕ ਪਾਇਓ। ਨਹੀਂ, ਇੱਕ ਸਲਾਹ ਕਰ ਲਾਂਗੇ ਉਹਨਾਂ ਨੇ ਕੀ ਕਹਿੰਦੇ ਆ, ਫਿਰ ਤੁਹਾਨੂੰ ਦੱਸ ਦੂੰਗੀ। ਇਹ ਵੀ 4 ਪੈਸੇ ਜੁੜ ਜਾਣਗੇ। ਹਾਂਜੀ, ਕੱਲ੍ਹ ਨੂੰ ਕੰਮ ਆਉਣਗੇ। ਹਾਂਜੀ, ਇਹ ਤਾਂ ਗੱਲ ਸਹੀ ਆ। ਠੀਕ ਆ, ਹਾਂਜੀ ਹਾਂਜੀ। ਅਤੇ ਕਿੱਦਣ ਤੱਕ ਜਾਣਾ ਉਹਨੇ ਕੰਮ 'ਤੇ? ਕਿਹਨੇ? ਲਵਲੀ ਨੇ। ਲਵਲੀ ਨੇ ਪਰਸੋਂ ਚੱਲ ਜਾਣਾ। ਠੀਕ ਆ, ਹਾਂ, ਅਤੇ ਮੈਂ ਸੋਚਣ ਡੀ ਮੈਂ ਚੱਲ ਰੁਪਿੰਦਰ ਨਾਲ ਘਲਾ ਦਈਏ, ਘੁੰਮ ਫਿਰ ਆਊਗੀ। ਉਹਦੇ ਅੱਗੇ ਵੀ 2-3 ਵਾਰੀ ਕਿਹਾ ਵਾ, ਜਾਂਦੀ ਨਹੀਂ ਆ। ਨਹੀਂ, ਸ਼ਾਇਦ ਹੁਣ ਮੰਨ ਹੀ ਜਾਵੇ।
ਨਹੀਂ ਐਤਕੀ ਉਹਨੇ ਚੱਲ ਜਾਣਾ ਮੈਨੂੰ ਲੱਗਦਾ। ਹਾਂਜੀ ਕੋਈ ਗੱਲ ਨਹੀਂ, ਸਭ ਹੀ ਆਉਂਦਾ ਨਾ ਅੰਦਰੋਂ, ਘੁੰਮ ਫੇਰ ਆਊਗੀ। ਚੱਲ ਹੋਰ ਕੀ ਕਰਨਾ, ਮੈਂ ਜਾਂਦਾ ਉਹਦੇ ਹੱਲ, ਉਹਨੂੰ ਕਹਿੰਦਾ। ਹਾਂਜੀ ਵੀ ਰੁਪਿੰਦਰ ਨੂੰ ਨਾਲ ਲੈ ਜਾਈਂ ਆ ਕੇ। ਆਹ ਪੁੱਛ ਲਓ ਤੁਸੀਂ ਕੀ ਕਹਿੰਦੇ ਆ, ਹੈ ਨਾ। ਮੈਂ ਵੀ ਇੱਕ ਵਾਰੀ ਰੁਪਿੰਦਰ ਨਾਲ ਗੱਲ ਕਰੂੰਗੀ। ਇਹ ਵੀ ਘੁੰਮ ਫੇਰ ਆਊਗੀ। ਹਾਂਜੀ ਇੱਥੇ ਕੀ ਕਰਨਾ, ਚੱਲ ਮਨ ਹੋਰ ਹੋ ਜੂਗਾ, ਸੋਚਦੀ ਰਹਿੰਦੀ ਹੈ ਪਿੱਛੇ ਦਾ ਹੀ ਕਿ ਘਰ ਬਾਹਰ ਨਹੀਂ ਬਣਿਆ, ਅਤੇ ਮੈਂ ਚੱਲ ਹੌਲੀ ਹੌਲੀ ਬਣ ਜੂਗਾ। ਇਹ ਵੀ ਜੋਬਨ ਕੰਮ 'ਤੇ ਲੱਗ ਗਿਆ ਨਾ। ਹਾਂਜੀ ਅਤੇ ਘਰ ਵੀ ਬਣ ਜਾਣਾ ਵਾ, ਜੇ ਉੱਥੇ 25,000 ਮਿਲਣ ਡਿਆ ਪਿਆ ਅਤੇ ਘਰ ਬਣ ਹੀ ਜਾਣਾ ਵਾ। ਹਾਂਜੀ ਪਹਿਲੇ ਵੀ 3-4 ਕਿੱਲੇ ਹੈਗੀ ਉਹਨਾਂ ਕੋਲ। ਹਾਂਜੀ ਫਸਲ ਦੇ ਵੀ ਪੈਸੇ ਹੁੰਦੇ ਹੀ ਆ, ਇਹ ਤਾਂ ਗੱਲ ਸਹੀ ਆ। ਥੋੜ੍ਹੀ ਬੜੀ ਲਿਮਿਟ ਬਣਾ ਲੈਣਗੇ, ਮਾੜਾ ਮੋਟਾ ਆਪਾਂ ਸਾਥ ਦੇ ਦਾਂਗੇ। ਨਹੀਂ ਸਾਥ ਪੂਰਾ ਦੇਵਾਂਗੇ ਆਪਾਂ ਉਹਨਾਂ ਦਾ, ਹੈ ਨਾ। ਹਾਂਜੀ ਕੋਈ ਨਹੀਂ, ਲਵਲੀ ਨੂੰ ਕਹਿ ਦੂੰਗਾ ਮੈਂ 1,00,000 ਖੰਡ ਦੇਣਾ ਹੀ ਭਾਅ ਜੀ, ਕੋਈ ਗੱਲ ਨਹੀਂ। ਹਾਂਜੀ ਠੀਕ ਹੈ ਨਾ, ਉਹਦੇ ਨਾਲ ਹੋ ਕੇ ਘਰ ਬਣਾ ਦਾਂਗੇ। ਚੱਲ ਠੀਕ ਆ, ਲਿਆ ਚਾਹ ਘੁੱਟ ਲਿਆ। ਹਾਂਜੀ ਖੰਡਿਆ ਪੀਣ ਨੂੰ। ਚੱਲ ਇਹ ਵੀ ਗੱਲ ਵਧੀਆ ਵਾ, ਸੋਚਦੀਆਂ ਵਾ ਚਾਰ ਪੈਸੇ ਜੁੜ ਜਾਣਗੇ ਨਾ ਅਤੇ ਘਰ ਦਾ ਕੁਝ ਬਣ ਜੂਗਾ, ਕਿਉਂਕਿ ਅੱਗੇ ਅੱਗੇ ਮਹਿੰਗਾਈ ਬਹੁਤ ਆਉਣ ਡੀ। ਮੈਨੂੰ ਤਾਂ ਨਾ ਇੱਕੋ ਗੱਲ ਦਾ ਫਿਕਰ ਵੱਡ ਵੱਡ ਖਾਈ ਜਾਣ ਡਿਆ ਵਾ। ਵੇਖ ਲਾ ਦੋਵੇਂ ਭੈਣ ਭਰਾ ਫਿਰ ਇਕੱਠੇ ਹੋ ਗਏ ਆ, ਸਾਨੂੰ ਪਿੱਛੇ ਪਾ ਦਿੱਤਾ ਵਾ। ਮੰਨ ਲਾ ਕੱਲ੍ਹ ਨੂੰ ਦਿਨਾਂ ਵਾਰਾਂ 'ਤੇ ਇੱਕ ਦੂਜੇ ਨੂੰ ਸੱਦਣਗੇ, ਇਕੱਠੇ ਹੋਣਗੇ, ਅਤੇ ਮੇਰੇ ਭੈਣ ਭਰਾ ਮੈਨੂੰ ਕੀ ਕਹਿਣਗੇ ਵੀ ਤੇਰੇ ਨਾਲ ਕਿਉਂ ਨਹੀਂ ਮਿਲਦੇ ਵਰਤਦੇ। ਵੇਖ ਲਾ ਰੁਪਿੰਦਰ ਜਿਹੜੀ ਮੇਰੀ ਧੀ ਆ, ਧੀ ਹੋ ਕੇ ਇਹੋ ਜਿਹੇ ਕੰਮ ਕਰਨ ਡਈ ਆ। ਉਹ ਜੋ ਬਣੇ ਤਾਂ ਕਰਨੇ ਹੀ ਕਰਨੇ ਸੀ ਇੱਦਾਂ, ਪਰ ਇਹਨੂੰ ਮਾਸਾ ਅਕਲ ਨਹੀਂ ਆਈ। ਮੇਰਾ ਤਾਂ ਇਰਾਦਾ ਇਹ ਬਣ ਡਿਆ ਵਾ ਵੀ ਇਹਨਾਂ ਦੋਵਾਂ ਜਾਣਿਆਂ ਨੂੰ ਸੱਦਾਂ ਇੱਥੇ ਅਤੇ ਗੱਲ ਕਰਾਂ ਵੀ ਚਾਹੁੰਦੇ ਕੀ ਜੇ ਤੁਸੀਂ, ਦੱਸੋ ਤਾਂ ਸਹੀ, ਸਾਨੂੰ ਕੁਝ ਪਤਾ ਲੱਗੇ। ਰੁਪਿੰਦਰ ਤਾਂ ਇੱਦਾਂ ਦੀ ਆ, ਜੇ ਮੈਂ ਫੋਨ 2-3 ਵਾਰ ਇਹਨੂੰ ਕੀਤਾ ਨਾ ਮਿੱਠੀ ਪਿਆਰੀ ਹੋ ਕੇ, ਇਹਨੇ ਝੱਟ ਮੇਰੇ ਮਗਰ ਲੱਗ ਜਾਣਾ ਵਾ। ਇਰਾਦਾ ਤਾਂ ਮੇਰਾ ਇਹੋ ਹੀ ਬਣ ਡਿਆ ਵਾ ਵੀ ਇਹਨੂੰ ਫੋਨ ਕਰਾਂ। ਕੋਈ ਗੱਲ ਨਹੀਂ, ਜੇਰੀ ਕੁ ਠਹਿਰ ਜਾਂਦੀ ਘੰਟਾ ਕੁ, ਜੋਬਨ ਨੂੰ ਜਾ ਹੀ ਲੈਣ ਦਿੰਦੀ ਹਾਂ, ਫਿਰ ਫੋਨ ਕਰੂੰਗੀ ਵੀ ਭਰਾ ਤੇਰਾ ਚੱਲ ਗਿਆ ਵਾ। ਕੀ ਗੱਲਾਂ ਬਾਤਾਂ ਕੀਤੀਆਂ, ਮਾਂ ਪਿਓ ਦੀਆਂ ਫਿਰ ਵਾਹਵਾ ਚੁਗਲੀਆਂ ਕੀਤੀਆਂ ਹੋਣੀਆਂ ਵਾ ਵੀ ਮਾਂ ਮਾੜੀ ਆ, ਪਿਓ ਇੱਦਾਂ ਵਾ, ਮਾਂ ਇੱਦਾਂ ਵਾ। ਚੱਲ ਕੋਈ ਗੱਲ ਨਹੀਂ, ਫਿਰ ਵੇਖੀ ਕਿੱਦਾਂ ਤੜਫਦੀ ਆ। ਘੰਟਿਆਂ ਕੁ ਤੱਕ ਕਰਦੀ ਇਹਨੂੰ ਮੈਂ ਫੋਨ, ਚੈਨ ਤਾਂ ਮੈਨੂੰ ਵੀ ਨਹੀਂ ਆਉਣ ਡਿਆ। ਮੈਂ ਕਿਹਾ ਚਾਹ ਰੋਟੀ ਪਾਣੀ ਖਾ ਹੀ ਲਵੇ ਅਤੇ ਚਲੀ ਜਾਵੇ, ਫਿਰ ਹੀ ਕਰੂੰਗੀ। ਰਮਨ ਕੀ ਕਰ ਰਹੀ ਆ? ਕਰਨਾ ਮੈਂ ਕੀ ਆ, ਜਿਹੜਾ ਕੰਮ ਹੋਣ ਡਿਆ ਸਾਡੇ ਘਰ ਵਿੱਚ ਉਹਦੇ ਬਾਰੇ ਸੋਚਣ ਡਈ ਆ। ਮੇਰੀ ਗੱਲ ਸੁਣ, ਮੈਨੂੰ ਨਾ ਆਇਆ ਸੀ ਲਵਲੀ ਦਾ ਫੋਨ। ਫੋਨ ਆਇਆ ਸੀ? ਫੋਨ ਕਰਨ ਡਿਆ ਸੀ ਮੈਨੂੰ। ਅੱਛਾ, ਮੈਂ ਨਹੀਂ ਚੁੱਕਿਆ। ਤਾਂ ਤੁਸੀਂ ਚੁੱਕਦੇ ਤਾਂ ਸਹੀ, ਵੀ ਆਉਂਦਾ ਕੀ ਆ? ਮੈਨੂੰ ਇਹ ਸੀ ਵੀ ਮੈਂ ਇਹਦੇ ਨਾਲ ਗੱਲਾਂ ਹੋਰ ਕਰਦਾ ਅਤੇ ਉੱਥੇ ਗੱਲਾਂ ਹੋਰ ਹੁੰਦੀਆਂ ਹੁਣ, ਮੈਂ ਤਾਂ ਨਹੀਂ ਚੁੱਕਿਆ। ਕਿ ਕੀਤਾ ਕਿਉਂ ਫੋਨ ਕਰਨ ਡਿਆ ਸੀਗਾ? ਜੋਬਨ ਤਾਂ ਉੱਥੇ ਗਿਆ ਉਹਨਾਂ ਦੇ ਕੋਲ, ਪਰ ਆਪਣੀ ਧੀ ਦੇ ਕੰਮ ਵੇਖ ਲਓ, ਵੇਖ ਲਾ ਢਿੱਡੋਂ ਜੰਮੇ ਵੀ ਨਹੀਂ ਨਾ ਮਾਂ ਪਿਓ ਦੇ ਬਣਦੇ, ਆਪਣੀਆਂ ਮਰਜ਼ੀਆਂ ਕਰਦੇ। ਉਹ ਜਿਹੜਾ ਬਗਾਨਾ ਲਿਆਂਦਾ ਸੀ, ਬਗਾਨਾ ਖੂਨ ਇਹਦਾ ਆਪਣਾ ਹੋ ਗਿਆ, ਅਤੇ ਜਿਹੜਾ ਆਪਣਾ ਮਾਂ ਪਿਓ ਸੀ ਉਹ ਕੋਈ ਹੋ ਗਿਆ। ਕਿੱਦਾਂ ਦਾ ਸਮਾਂ ਆ ਗਿਆ, ਕੱਲ ਜੋ ਗਿਆ। ਰਮਨ ਮੈਨੂੰ ਉਹਦੀਆਂ ਕਰਤੂਤਾਂ ਦਾ ਪਹਿਲਾਂ ਹੀ ਪਤਾ ਸੀ, ਮੈਂ ਨਹੀਂ ਉਹਦੇ ਮਗਰ ਲੱਗਦਾ ਹੁੰਦਾ, ਤੂੰ ਲੱਗਦੀ ਹੁੰਦੀ ਸੀ। ਹਾਏ ਹਾਏ, ਮੈਂ ਤਾਂ ਲੱਗਣਾ ਸੀ, ਮੈਂ ਤਾਂ ਸੋਚਿਆ ਮੇਰੀ ਧੀ ਆ, ਅਤੇ ਜਿੱਦਾਂ ਮੈਂ ਕਹੂੰਗੀ ਉੱਦਾਂ ਹੀ ਮੰਨਣਾ ਵਾ। ਮੈਨੂੰ ਕੀ ਪਤਾ ਸੀ ਸਾਰੇ ਕੰਮ ਕਰਕੇ ਤਾਂ ਮਾਂ ਦੇ ਬਰਖਿਲਾਫ ਹੀ ਹੋ ਜਾਣਾ ਵਾ। ਤੂੰ ਵੇਖ ਲਾ ਹੁਣ ਸਫੇਦ ਹੋ ਗਿਆ ਕਿ ਨਹੀਂ ਹੋ ਗਿਆ, ਦੱਸ। ਹੋ ਗਿਆ ਵਾ, ਲੋਕੀ ਕਹਿੰਦੇ ਸੀ, ਪਰ ਅੱਜ ਕੱਲ੍ਹ ਤਾਂ ਮੈਂ ਅੱਖੀ ਹੁੰਦਾ ਵੇਖ ਲਿਆ ਵਾ, ਆਪਣੇ ਘਰ 'ਚ ਹੀ ਹੋਣ ਡਏ ਆ ਸਾਰੇ ਕੰਮ, ਬਾਹਰ ਤਾਂ ਬੜੀ ਦੂਰ ਦੀ ਗੱਲ ਵਾ। ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਵੀ ਤੂੰ ਇਹਦੇ ਮਗਰ ਲੱਗੀ ਆ ਅਤੇ ਪਛਤਾਏਗੀ, ਤੂੰ ਕਹਿੰਦੀ ਸੀ ਮੇਰੀ ਧੀ ਆ, ਜੋ ਕਰਨ ਡਈ ਠੀਕ ਕਰਨ ਡਈ ਆ, ਆ ਸੁਣ ਲਾ ਹੁਣ ਗੱਲਾਂ ਆਉਂਦੀਆਂ। ਚੱਲ ਕੋਈ ਗੱਲ ਨਹੀਂ, ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ ਵਾ, ਗਾੜੀ ਸੋਚੋ ਵੀ ਗਾੜੀ ਕੀ ਕਰਨਾ ਵਾ ਹੁਣ। ਹੁਣ ਕੀ ਕਰੀਏ ਤੂੰ ਦੱਸ ਫਿਰ। ਹੁਣ ਮੈਂ ਕੀ ਦੱਸਣਾ ਵਾ, ਮੇਰਾ ਤਾਂ ਇਰਾਦਾ ਹੈ ਵੀ ਦੋਵਾਂ ਭੈਣ ਭਰਾਵਾਂ ਨੂੰ ਇੱਥੇ ਸੱਦੋ ਵੀ ਚਾਹੁੰਦੇ ਕੀ ਜੇ, ਜੇ ਤਾਂ ਸਾਡੇ ਨਾਲ ਨਹੀਂ ਮਿਲਣਾ ਵਰਤਣਾ, ਸਾਨੂੰ ਇੱਕੋ ਵਾਰ ਸਿੱਧਾ ਦੱਸੋ, ਨਾ ਹੀ ਤੁਹਾਡਾ ਨਾਂ ਹੀ ਲਈਏ ਵੀ ਸਾਡੇ ਹੈਗੇ ਸੀਗੇ, ਅਤੇ ਨਾ ਤੁਸੀਂ ਸਾਡਾ ਲਿਓ। ਮੇਰੀ ਗੱਲ ਸੁਣ, ਜਦੋਂ ਇਹਨਾਂ ਦੋਵਾਂ ਭੈਣ ਭਰਾਵਾਂ ਨੂੰ ਕਿਹਾ ਵੀ ਤੁਸੀਂ ਇੱਥੇ ਆਓ
ਤੇ ਲਵਲੀ ਨੇ ਵੀ ਨਾਲ ਆਉਣਾ ਹੀ ਹੋ। ਇਹ ਮਨ 'ਚੋਂ ਭੁਲੇਖਾ ਕੱਢ ਦੇ ਵੀ ਉਹਨੇ ਘਰ ਰਹਿਣਾ ਵਾ, ਉਹਨੇ ਨਾਲ ਹੀ ਆਉਣਾ ਰੁਪਿੰਦਰ ਦੇ, ਵੀ ਇਹਨਾਂ ਦੇ ਘਰ ਕੀ ਬਣਨਾ ਮੈਂ ਵੇਖਾਂ ਤਾਂ ਸਹੀ, ਵੀ ਕੀ ਝੂਠ ਸੱਚ ਮਾਰਦੇ ਫਿਰਦੇ ਆ। ਚੱਲ ਕੋਈ ਗੱਲ ਨਹੀਂ, ਲਵਲੀ ਆਜੂ ਤਾਂ ਫਿਰ ਕੀ ਹੋ ਜਾਊਗਾ, ਜੇ ਲਵਲੀ ਨਾਲ ਆਜੂਗਾ ਗੱਲ ਹੋਰ ਤਰੀਕੇ ਨਾਲ ਕਰ ਲਾਂਗੇ, ਜੇ ਨਾ ਆਊਗਾ ਤਾਂ ਗੱਲ ਸਿੱਧੀ ਕਰ ਲਾਂਗੇ ਉਹਨਾਂ ਦੇ ਨਾਲ। ਆਉਣ ਤੋਂ ਜਿਹੜਾ ਵੀ ਆਉਂਦਾ ਵਾ ਡਰ ਡਰ ਕੇ ਕਿੰਨਾ ਕੁ ਚਿਰ ਰਹਿਣਾ ਵਾ, ਇਹ ਤਾਂ ਕਰਨ ਡਏ ਆਪਣੀਆਂ ਮਰਜ਼ੀਆਂ, ਸਾਨੂੰ ਬਣਾਉਣ ਡਿਆ ਸ਼ਦਾਈ, ਹੁਣ ਸਾਡੇ ਕੋਲ ਸ਼ਦਾਈ ਨਹੀਂ ਗਾ ਬਣਿਆ ਜਾਂਦਾ ਜ਼ਿਆਦਾ ਟਾਈਮ। ਰਮਨ ਇੱਕ ਸਕੀਮ ਤੈਨੂੰ ਮੈਂ ਦੱਸਾਂ? ਦੱਸੋ। ਮੇਰਾ ਇਰਾਦਾ ਵਾ ਵੀ ਇਹਨਾਂ ਭੈਣ ਭਰਾਵਾਂ ਨੂੰ ਇੱਥੇ ਸੱਦੀਏ, ਅਤੇ ਜੇ ਅਸੀਂ ਉਹਨੂੰ ਲਵਲੀ ਨੂੰ ਕਿਹਾ ਨਾ ਤਾਂ ਉਹਨਾਂ ਨੇ ਸਾਰੇ ਟੱਬਰ ਨੇ ਇੱਥੇ ਆ ਜਾਣਾ ਵੀ ਖਰੇ ਉੱਥੇ ਕੀ ਹੋ ਗਿਆ ਵਾ। ਆਹੋ ਇਹੋ ਹੀ ਗੱਲ ਕਹੋ ਵੀ ਬੜਾ ਜ਼ਰੂਰੀ ਕੰਮ ਆ, ਅਤੇ ਕੰਮ ਵੀ ਤੁਹਾਡੇ ਭੈਣ ਭਰਾਵਾਂ ਨਾਲ ਹੀ ਆ, ਅਤੇ ਆਣ ਕੇ ਤਾਂ ਸਾਡੀ ਗੱਲ ਹੀ ਸੁਣ ਜਾਓ ਬਸ। ਤੂੰ ਇੱਦਾਂ ਕਰ ਰੁਪਿੰਦਰ ਨੂੰ ਕਰ ਫੋਨ, ਠੀਕ ਹੈ ਕਿ ਨਹੀਂ, ਤੂੰ ਵੀ ਸੱਚੇ ਹੋ ਜਾ। ਅਤੇ ਮੈਨੂੰ ਇਹ ਆ ਵੀ ਜੇ ਮੈਂ ਹੁਣ ਲਵਲੀ ਨਾਲ ਮੇਰੀ ਗੱਲਬਾਤ ਹੋਈ ਤਾਂ ਉਹਨੇ ਕਹਿਣਾ ਡੈਡੀ ਜੀ ਤੁਸੀਂ ਮੇਰਾ ਫੋਨ ਨਹੀਂ ਚੁੱਕਿਆ, ਹੁਣ ਮੈਂ ਇਹੋ ਗੱਲ ਕਹੀ ਵੀ ਉਹ ਕਦੇ ਕਦੇ ਟਰੈਕਟਰ ਚਲਾਉਣ ਡੇ ਸੀ। ਚੱਲ ਕੋਈ ਗੱਲ ਨਹੀਂ, ਤਾਂ ਨਹੀਂ ਚੁੱਕਿਆ ਗਿਆ, ਮੈਂ ਕਰ ਦੂੰਗੀ ਫੋਨ, ਤੇ ਮੈਂ ਕਹਿ ਦੂੰਗੀ ਵੀ 11-21 ਲਾਉਣ ਵਾਲੀ ਤਾਂ ਕੱਦੂ ਜਿਹਾ ਕਰਨ ਡੇ ਥੋੜਾ ਜਿਹਾ। ਆਹ ਤੇ ਫੋਨ ਇਹ ਬੰਬੀ ਦੇ, ਇਹੋ ਗੱਲ ਹੀ ਕਹਿ ਦੂੰਗੀ, ਠੀਕ ਹੈ ਕਿ ਨਹੀਂ, ਤੇ ਇਹ ਟਰੈਕਟਰ ਚਲਾਉਣ, ਕੋਈ ਨਹੀਂ ਕੋਈ ਨਹੀਂ ਪਤਾ ਲੱਗਾ, ਕੋਈ ਨਹੀਂ ਇਹ ਗੱਲ ਦਾ ਤੁਸੀਂ ਫਿਕਰ ਨਾ ਕਰੋ, ਇਹ ਸਾਰੇ ਕੰਮ ਮੈਂ ਆਪ ਹੀ ਕਰ ਲੈਣੇ ਆ, ਮੈਂ ਕਰਦੀ ਆ ਹੁਣੇ ਫੋਨ। ਤੂੰ ਕਰ ਫੋਨ, ਭਲਾ ਕੀ ਕਹਿੰਦੀ ਆ, ਕੋਈ ਨਹੀਂ ਮੈਂ ਨਾਲੇ ਉੱਥੇ ਪਤਾ ਤੇ ਕਰੀਏ ਵੀ ਬਣ ਗਈ ਡਿਆ ਵਾ। ਆਹੋ ਠੀਕ ਆ ਕਿ ਚੰਗਾ, ਤੂੰ ਕਰ ਲਾ ਫਿਰ ਫੋਨ। ਚੰਗਾ ਚੰਗਾ। ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਵਧੀਆ ਵਧੀਆ, ਤੁਸੀਂ ਦੱਸੋ ਆਪਣਾ? ਹਾਂ ਮੈਂ ਵੀ ਠੀਕ ਠਾਕ ਆ, ਮੈਂ ਤਾਂ ਫੋਨ ਕੀਤਾ ਸੀ ਵੀ ਪੁੱਛਦੀ ਆ ਵੀ ਭਰਾ ਇਹਦਾ ਚਲ ਗਿਆ ਵਾ। ਹਾਂ ਜੀ ਚਲ ਗਏ, ਮੈਂ ਤਾਂ ਬਥੇਰਾ ਜ਼ੋਰ ਲਾਉਂਦੀ ਉਹਨਾਂ ਨੂੰ ਵੀ ਰਾਤ ਰਹੋ, ਤੇ ਮੰਨੇ ਹੀ ਨਹੀਂ ਆ, ਚਲ ਗਏ ਨੇ। ਨਹੀਂ ਨਹੀਂ ਰੱਖ ਲੈਣਾ ਸੀ ਕਿ ਰੱਖਣ ਨੂੰ ਉਮੀਦ ਜੀ, ਮੈਂ ਤਾਂ ਚਲੋ ਰੱਖਣਾ, ਫਿਰ ਕੀ ਭੈਣ ਦੇ ਘਰ ਹੀ ਰਹਿਣਾ ਸੀ, ਇਹਦੇ ਵਿੱਚ ਕਿਹੜੀ ਵੀ ਉੱਥੇ ਬਗਾਨੇ ਵਾਲੀ ਗੱਲ ਸੀ। ਨਾਲੇ ਭੈਣ ਨੇ ਬੜੀ ਸੇਵਾ ਕੀਤੀ ਹੋਣੀ, ਥੱਕ ਗਈ ਹੋਣੀ ਆ ਭੱਜ ਦੌੜ ਕੇ, ਆਰਾਮ ਕਰਨ ਡਈ ਹੋਣੀ ਆ ਹੁਣ। ਦੱਸ ਅੰਮੀ ਜੀ ਕਿੱਦਾਂ ਦੀਆਂ ਗੱਲਾਂ ਕਰਨ ਡਏ ਆ ਤੁਸੀਂ? ਤੁਸੀਂ ਤਾਂ ਇਦਾਂ ਲਾ ਲਾ ਗੱਲਾਂ ਕਰਨ ਡਏ ਜਿੱਦਾਂ ਸ਼ਰੀਕੇ ਨੂੰ ਕਰੀ ਦੀਆਂ ਆ। ਨਹੀਂ ਨਹੀਂ ਮੈਂ ਲਾ ਲਾ ਕੇ ਤਾਂ ਨਹੀਂ ਕਰਨ ਡਈ, ਫਿਰ ਵੀ ਤੇਰਾ ਭਰਾ ਸੀ, ਮੈਂ ਤਾਂ ਗੱਲਾਂ ਕਰਨ ਡਈ ਆ। ਜੀ ਭਰਾ ਆਇਆ ਸੀ, ਭਰਾ ਦਾ ਸੇਵਾ ਪਾਣੀ ਪੂਰਾ ਕੀਤਾ ਵਾ, ਆਹੋ ਰਹਿਣ ਵੱਲੋਂ ਆਖਿਆ ਹੀ ਰਿਹਾ ਉਹ, ਹੈ ਨਹੀਂ ਕਹਿੰਦਾ ਕੋਈ ਨਹੀਂ ਫੇਰ ਆਵਾਂਗੇ। ਆਹੋ ਫੇਰ ਆਊਗਾ, ਕਿਉਂ ਵੀ ਹੁਣ ਮਾਂ ਪਿਓ ਦੀਆਂ ਗੱਲਾਂ ਜੋ ਕਰਨੀਆਂ ਸੀ, ਚੁਗਲੀਆਂ ਜੋ ਕਰਨੀਆਂ ਸੀ, ਫੇਰ ਆ ਜਾਊਗਾ। ਉਹ ਮੰਮੀ ਜੀ ਤੁਹਾਨੂੰ ਤੇ ਉਦਾਂ ਹੀ ਵਹਿਮ ਹੋ ਗਿਆ ਵਾ, ਉਹਨੇ ਤੇ ਵਿਚਾਰੇ ਨੇ ਤੁਹਾਡੇ ਵੱਲੋਂ ਕੋਈ ਗੱਲ ਵੀ ਨਹੀਂ ਕੀਤੀ। ਨਹੀਂ ਧੀਏ ਹੁਣ ਤੁਸੀਂ ਦੋਵੇਂ ਜਾਣੇ ਹੋ ਗਏ ਜੇ, ਇੱਕ ਮਾਂ ਪਿਓ ਨੂੰ ਬਣਾਤਾ ਸ਼ਦਾਈ, ਪਰ ਉਹ ਤੇ ਹੈ ਹੀ ਹੈ ਹੀ, ਤੂੰ ਤੇ ਢਿੱਡੋਂ ਜੰਮੀ ਇੱਦਾਂ ਡਈ ਆ ਕਰਨ, ਲੋਕੀ ਆਂਦੇ ਹੀ ਵੀ ਕਲਯੁਗ ਹੈਗਾ ਵਾ, ਪਰ ਮੈਂ ਅੱਖੀਂ ਵੇਖ ਲਿਆ ਵਾ ਵੀ ਸੱਚੀ ਕਲਯੁਗ ਹੈਗਾ ਵਾ। ਦੱਸ ਮੰਮੀ ਜੀ ਇਹਦੇ ਵਿੱਚ ਕਦਾ ਹੁਣ ਮੈਂ ਨਾ ਮਿਲਾਂ ਉਹਨੂੰ, ਜੇ ਹੁਣ ਉਹ ਵਿਚਾਰਾ ਆਉਂਦਾ ਵਾ ਤੇ ਕੀ ਕਰਾਂ, ਉਹਨੂੰ ਘਰੋਂ ਕੱਢ ਦਿੰਦੀ? ਉਹ ਨਹੀਂ ਆਉਂਦਾ, ਉਹ ਨਹੀਂ ਗਾ ਆਉਂਦਾ, ਤੁਸੀਂ ਸੱਦਦੇ ਜੇ ਉਹਨੂੰ ਸਾਡੇ ਸਿਰ ਚੜ ਚੜ ਕੇ। ਦੱਸ ਮੰਮੀ ਜੀ ਇੱਕ ਦੁਨੀਆਂ ਦੀਆਂ ਗੱਲਾਂ ਕਰੀ ਜਾਂਦੇ ਆ। ਚਲ ਉਹ ਗੱਲਾਂ ਸ਼ਰੀਕਾ ਵਾ ਫਿਰ ਵੀ ਭਰਾ ਆ। ਚਲ ਹਾਂ ਗੱਲਾਂ ਤੇ ਛੱਡ, ਇਹ ਦੱਸ ਵੀ ਟੈਸਟ ਦੇ ਆਈ ਭਰਜਾਈ ਤੇਰੀ? ਆਹੋ ਨੇ ਮੇਰੀ ਟੈਸਟ ਵਾਲੇ ਦੱਸਣ ਦੇ ਸੀ। ਅੱਛਾ। ਆਹੋ ਤੇ ਆਖਣ ਦੇ ਸੀ ਵੀ ਨਹੀਂ ਬੜਾ ਵਧੀਆ ਹੋ ਗਿਆ ਆ। ਚੱਲ ਤੇਰੀ ਭਰਜਾਈ ਨੂੰ ਹੁਣ ਨੌਕਰੀ ਮਿਲ ਜਾਣੀ ਆ, ਹੁਣ ਵਧੀਆ ਤਰੀਕੇ ਨਾਲ ਨਾ ਨਾ ਮਿਲਿਆ ਕਰੂਗੀ ਨਾ। ਉਹ ਵਧੀਆ ਅੰਮੀ ਜੀ ਅੱਗੇ ਵੀ ਵਧੀਆ ਹੀ ਮਿਲਦੇ ਆ, ਐਵੇਂ ਜਾਣ ਕੇ ਤੁਸੀਂ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਨਹੀਂ ਨਹੀਂ ਮੈਂ ਕਿਸੇ ਵੱਲ ਨਾਲ ਗੱਲ ਨਹੀਂ ਕਰਨ ਡਈ, ਮੈਂ ਤਾਂ ਉਦਾਂ ਹੀ ਕਹਿਣ ਡਈ ਆ ਕਿ ਚੰਗਾ ਹੋ ਗਿਆ ਭੈਣ ਭਰਾ ਇਕੱਠੇ ਹੋ ਗਏ, ਜੇ ਮਿਲੋ ਗਿਲੋਗੇ ਲੋਕਾਂ ਨੂੰ ਵੀ ਚੰਗੇ ਲੱਗੋਗੇ। ਆਹੋ ਤੇ ਚਲੋ ਵਧੀਆ ਗੱਲ ਆ, ਮੇਰੇ ਭੈਣ ਭਰਾ ਵਾ ਉਹਨੇ ਭੈਣ ਭਰਾ ਹੀ ਰਹਿਣਾ ਵਾ, ਉਹਨੇ ਬਦਲ ਥੋੜਾ ਜਾਣਾ ਵਾ।
ਨਹੀਂ ਨਹੀਂ ਭੈਣ ਭਰਾ ਬਣ ਕੇ ਰਹੋਗੇ, ਪਰ ਇੱਕ ਗੱਲ ਵਾ ਰੁਪਿੰਦਰ, ਜਿੱਦਣ ਨਾ ਉਹਨੇ ਤੁਹਾਡੇ ਲੱਤ ਮਾਰੀ ਨਾ, ਫੇਰ ਤੁਹਾਨੂੰ ਮਾਂ ਪਿਓ ਦਾ ਚੇਤਾ ਆਉਣਾ ਵਾ, ਤੇ ਸਾਡਾ ਮਾਂ ਪਿਓ ਵੀ ਹੁੰਦਾ ਸੀ, ਹੁਣ ਨੀ ਤੁਹਾਨੂੰ ਅਸੀਂ ਦਿਖਣ ਡੇ, ਹੁਣ ਤੇ ਨਾ ਤੁਹਾਡੇ ਤੇ ਭੂਤ ਸਵਾਰ ਹੋਇਆ ਇੱਕ ਜੋਬਨ ਦਾ ਹੀ ਵਾ। ਮੰਮੀ ਜੀ ਦੱਸੋ, ਮਾਂ ਪਿਓ ਨੂੰ ਵੀ ਪੂਰਾ ਪੁੱਛਣ ਦੇ ਆ, ਜਾਂ ਤਾਂ ਮੈਂ ਤੁਹਾਨੂੰ ਫੋਨ ਨਹੀਂ ਕਰਦੀ, ਤੁਹਾਡਾ ਹਾਲ ਚਾਲ ਨਹੀਂ ਪੁੱਛਦੀ, ਲੈ ਵੀ ਤੁਹਾਨੂੰ ਕਿਸੇ ਗੱਲੋਂ ਪਛਾਹ ਪਾਉਂਦੀ ਆ। ਹੁਣ ਜਿਹੜੀ ਗੱਲ ਹੁੰਦੀ ਆ ਸਾਰੀ ਤੁਹਾਡੇ ਨਾਲ ਪਹਿਲਾਂ ਗੱਲ ਕਰਦੀ ਆ ਕਿ ਮੰਮੀ ਜੀ ਆਹ ਗੱਲ ਵਾ, ਜੇ ਜੋਬਨ ਉਹਨਾਂ ਨੇ ਆਉਣਾ ਸੀ ਤਾਂ ਪਹਿਲਾਂ ਤੁਹਾਨੂੰ ਦੱਸਿਆ ਮੈਂ, ਫਿਰ ਵੀ ਜੇ ਤੁਸੀਂ ਏਦਾਂ ਕਰੋ ਮੈਨੂੰ ਪਛਾਹ ਪਾਉਂਦੇ ਸਾਨੂੰ ਪਛਾਹ ਪਾਉਂਦੇ, ਤੇ ਫਿਰ ਤੇ ਇਹਦੇ ਵਿੱਚ ਮੰਮੀ ਜੀ ਸਾਡਾ ਕੋਈ ਕਸੂਰ ਨਹੀਂ ਆ। ਕੋਈ ਗੱਲ ਨੀ, ਤੇਰੇ ਡੈਡੀ ਕਹਿਣ ਡੇ ਵੀ ਤੁਹਾਡੇ ਨਾਲ ਦੋਵਾਂ ਨਾਲ ਕੰਮ ਵਾ, ਕਿਸੇ ਦਿਨ ਤੁਹਾਨੂੰ ਸੱਦਾਂਗੇ ਤੇ ਆਣ ਕੇ ਤਾਂ ਕੰਮ ਕਰ ਜਿਓ। ਕੰਮ ਕਾਹਦਾ ਆਵੇ? ਪਤਾ ਨੀ, ਤੇਰੇ ਡੈਡੀ ਕਹਿਣ ਡੇ ਵੀ ਇੱਕ ਵਾਰ ਸੁਣਾ ਦੇ ਦੀ ਤੇ ਦੋਵੇਂ ਜਾਣੇ ਆਉਣ। ਬਸ ਦੱਸ ਦੋ ਮਾੜਾ ਜਿਹਾ ਕੀ ਕੰਮ ਆ? ਨਹੀਂ ਮੈਨੂੰ ਵੀ ਨੀ ਦੱਸਿਆ ਤੇਰੇ ਡੈਡੀ ਨੇ ਵੀ ਕੰਮ ਹੈ ਕੀ ਆ। ਚਲੋ ਕੋਈ ਨੀ, ਫਿਰ ਆਵਾਂਗੇ। ਆ ਕਰਦਾਂਗੇ ਫੋਨ ਜਿੱਦਣ ਚਾਹੀਦਾ ਹੋਊਗਾ ਨਾ। ਠੀਕ ਹੈ, ਤੂੰ ਤਾਂ ਖਬਰ ਕੋਈ ਜਾਣੇ ਸਲਾਹ ਨਾ ਆ ਜਾ, ਕਿਉਂਕਿ ਹੁਣ ਤੇਰੇ ਫੋਨ ਤੇ ਤਾਂ ਉਹਨੇ ਆ ਹੀ ਜਾਣਾ। ਚਲੋ ਠੀਕ ਹੈ, ਕੋਈ ਗੱਲ ਨੀ, ਆ ਜਾਵਾਂਗੇ। ਹਾਂ ਚਲੋ ਠੀਕ ਆ, ਚੰਗਾ। ਇਹਨਾਂ ਦੇ ਪਤਾ ਨਹੀਂ ਕਦੋਂ ਦਿਮਾਗ ਵਿੱਚ ਨਾ ਗੱਲ ਪੈਣੀ ਹੈ ਇਹਨਾਂ ਨੂੰ, ਬਸ ਇਹੋ ਹੀ ਆ ਵੀ ਖਰੇ ਹੁਣ ਜੋਬਨ ਨੂੰ ਸੱਦ ਲਿਆ ਵਾ, ਖਰੇ ਉਹਦੇ ਨਾਲ ਕੀ ਗੱਲਾਂ ਇਹਨਾਂ ਨੇ ਕਰ ਲਈਆਂ ਵਾ, ਸਾਡੇ ਬਾਰੇ ਖਰੇ ਕੀਤੀਆਂ ਵਾ। ਦੱਸ ਮਾਂ ਪਿਓ ਬਾਰੇ ਕੋਈ ਚੁਗਲੀਆਂ ਕਰਦਾ ਹੁੰਦਾ ਵਾ ਜੇ ਦਿਮਾਗ ਤੋਂ ਕੰਮ ਲੈਣ ਤੇ? ਹੈ ਤਾਂ ਵੈਸੇ ਮੇਰੀ ਮਾਂ ਹੀ ਆ, ਪਰ ਇਹਨੂੰ ਆਖਾਂ ਹੁਣ ਮੈਂ ਕੀ, ਹੱਦ ਹੀ ਕਰਦੇ ਅਗਦੇ, ਨਾਲੇ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਇਹ ਕੰਮ ਵਾ, ਕੋਈ ਕਾਹਦਾ ਕੰਮ ਪੈ ਗਿਆ ਵਾ, ਹੁਣ ਫਿਰ ਫਿਕਰ ਲੱਗੀ ਰਹਿਣੀ ਹੈ ਵੀ ਪਤਾ ਨਹੀਂ ਕਿਹੜਾ ਨਵਾਂ ਸੱਪ ਕੱਢ ਮਾਰਨਾ।